ਕਈ ਵੀਡੀਓ ਨੇ ਉਹਦੇ ਵਿੱਚ ਕੁਝ ਲੋਕ ਨੇ ਛੋੜੇ ਪਿੰਡ ਦੇ ਗਿਣਵੇਂ ਚੁਣਵੇਂ ਆਪਾਂ ਕਹਿਦੀ ਅਗਲਾ ਕਹਿੰਦਾ ਕੰਮ ਨਹੀਂ ਕਰੇ ਬਲਗੌਰ ਸਿੰਘ ਹੋਰਾਂ ਨੇ ਕਿ ਸੱਚੀ ਉਹ ਕੰਮ ਨਹੀਂ ਕਰੇ ਜਾਂ ਕਰੇ ਨੇ ਜਾਂ ਕਰੇ ਨੇ ਕੀ ਕੀ ਕੰਮ ਕਰ ਰਹੇ ਥੋੜਾ ਦੱਸੋ ਮੈਂ ਤਾਂ ਇਹ ਸਮਝਦਾ ਇੱਥੇ ਇਲੈਕਸ਼ਨ ਹੋਣਾ ਕੱਟੂਕੱਟੇ ਪਿੰਡ ਦਾ ਜਲੂਸ ਨਿਕਲਦਾ ਜੇ ਤੁਸੀਂ ਸੱਚ ਗੱਲ ਪੁੱਛੋ ਭਾਈ ਦੀ ਆਪਾਂ ਗੱਲ ਕਰਦੇ ਆ ਸਿੱਧੂ ਦੀ ਪੂਰੀ ਦੁਨੀਆ ਇਨਾ ਪਿਆਰ ਕਰਦੀ ਹੈ ਹਨਾ ਨਾਮ ਪੱਗ ਨੂੰ ਬਿਲਬੋਰਡ ਤੇ ਲੈ ਗਿਆ ਪਰ ਕਦੋਂ ਆਪਾਂ ਆਹ ਦੇਖਦੇ ਆ ਵੀ ਫਿਰ ਉਹੀ ਗੱਲ ਆ ਗਈ ਕਿ ਮੈਂ ਤਾਂ ਜਿਉਂਦੇ ਜੀ ਚੱਲਦਾ ਸੀ ਮਾਹੌਲ ਹੈ ਜੀ ਵੀ ਉਹੀ ਆ ਪਿੰਡ ਚ ਤਾਂ ਛੋੜੇ ਬਾਹਰ ਅਸਲ ਵਿੱਚ ਪਿੰਡ ਜਿਵੇਂ ਸ਼ਰਾਰਤੀ ਕਿਸਮ ਦੇ ਥੋੜੇ ਬੰਦੇ ਹੁੰਦੇ ਨੇ ਜੀ ਉਹ ਮਤਲਬ ਜਿੱਥੇ ਜਾਦੇ ਭਲੇ ਮਾਨ ਸਲੋਕ ਰਹੇ ਨੇ ਉਹਨੂੰ ਸ਼ਰਾਰਤੀ ਉਹਨਾਂ ਨੇ ਮੂਹਰੇ ਲਾ ਲੈਂਦੇ ਨੇ ਕੁਦਰਤੀ ਗੱਲ ਹੈ ਪਰ ਉਹਨੇ ਸਾਡੇ ਸਿੱਧੂ ਮੁੰਡੇ ਦਾ ਨਾਮ ਲੈ ਕੇ ਵੀ ਮਤਲਬ ਬੁਰਾ ਭਲਾ ਗਿਆ ਜਿਹੜਾ ਬੰਦਾ ਇਸ ਦੁਨੀਆ 'ਚ ਹੀ ਨਹੀਂ ਯਾਰ ਉਸ ਬੰਦੇ ਨੂੰ ਬੁਰਾ ਭਲਾ ਕਹਿਣਾ ਫਿਰ ਉਸ ਬੰਦੇ ਨੂੰ ਜਿਹੜਾ ਮਤਲਬ ਯਾਂ ਵਾਸਤੇ ਮੁੱਸੇ ਨੂੰ ਇੱਕ ਗੋਲੇ ਵਰਗਾ ਸਥਾਨ ਦਿਵਾ ਗਿਆ ਇਹ ਕਿੱਥੋਂ ਦੀ ਸਿਆਣਪ ਹੈ ਨਾ ਜਦੋਂ ਇਸ ਗਧੀਆਂ ਪਿਧੀਆਂ ਤੇ ਆ ਗਿਆ ਅਸੀਂ ਆਪਦੀ ਹੁਣ ਫਿਰ ਵੋਟਰ ਸੂਚੀ ਤੇ ਉਹ ਚੱਕ ਲਿਆ ਹੁਣ ਮੈਦਾਨ 'ਚ ਆ ਕੇ ਤੁਸੀਂ ਜਿਵੇਂ ਬਿਲਕੁਲ 100% ਇੱਕ ਘਰ ਵੀ ਨਹੀਂ ਛੱਡਦੇ ਜਿਹਦੇ ਨਾਂ ਜਾਈਏ ਕੋਈ ਆਖੇ ਲੱਗੇ ਨਾ ਲੱਗੇ ਫਿਰ ਉਦੋਂ ਬਾਅਦ ਆਪਾਂ ਦੇਖਾਂਗੇ ਪਿੰਡ ਵਾਲੇ ਕੀ ਫੈਸਲਾ ਲੈਂਦੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੀਵੀ ਤੇ ਬਾਈ ਪੰਜਾਬ ਦੇ ਵਿੱਚ ਜਦੋਂ ਵੀ ਇਲੈਕਸ਼ਨ ਹੁੰਦਾ ਜਿਹੜੀ ਮੂਸੇ ਵਾਲੀ ਸੀਟ ਆ ਨਾ ਹੌਟ ਸੀਟ ਬਣ ਜਾਂਦੀ ਆ ਹੁਣ ਜੰਮੀ ਛੋਟਾ ਜਿਹਾ ਇਲੈਕਸ਼ਨ ਆ ਸਰਪੰਚੀ ਦਾ ਜਿਹਨੂੰ ਆਪਾਂ ਕਹਿ ਦਿੰਨੇ ਆ ਜਿਵੇਂ ਇੱਕ ਵਾਰੀ ਫੇਰ ਤੋਂ ਮੂਸੇ ਪਿੰਡ 'ਚ ਆਇਆ ਕਿ ਦੇਖਦੇ ਆਂ ਆਖਰ ਹਵਾ ਚੱਲ ਕਿੱਧਰ ਲਈ ਰਹੀ ਆ ਆਪਣੇ ਆਲਾ ਸਰਦਾਰ ਚਮਕੌਰ ਸਿੰਘ ਜੀ ਹੋਰੀ ਨੇ ਬਾਈ ਸਿੱਧੂ ਮੂਸੇਵ ਨੇ ਮੁੱਦਾ ਇਸ ਕਰਕੇ ਬਣ ਗਿਆ ਅਸਲ ਚਾਪਾਂ ਚਾਹੁੰਦੇ ਸੀਗੇ ਵੀ ਸਰਬਸੰਮਤੀ ਨਾਲ ਬੰਦਾ ਮਤਲਬ ਸਰਪੰਚ ਚੁਣਿਆ ਜਾਵੇ ਸੀ ਹਾਂਜੀ ਜਿੱਥੋਂ ਤੱਕ ਆਪਣੇ ਚੋਣ ਲੜਨ ਦਾ ਸਵਾਲ ਸੀ ਨਾ ਅੱਜ ਆਪਾਂ ਇਸ ਲੈਵਲ 'ਚ ਵੀ ਆਪਾਂ ਸਰਪੰਚੀ ਦੇ ਚੋਣ ਚੜ੍ਹ ਜਾਈਏ ਤੇ ਨਾ ਆਪਾਂ ਇਹ ਲੜਨਾ ਸੀਗਾ ਮੁੱਦਾ ਇਹ ਸਿਰਫ ਇੱਕ ਬੰਦੇ ਕਰਕੇ ਬਣ ਗਿਆ ਮੁੰਡਾ ਸ਼ਰਨਜੀਤ ਐ ਇੱਥੇ ਕੋਈ ਮੇਰਾ ਉਹਦਾ ਵਿਰੋਧ ਨਹੀਂ ਮਿੱਤਰ ਪ੍ਰੇਮੀ ਆ ਮੇਰਾ ਚੰਗੇ ਮਰੇ ਨਾਲ ਉਹਦਾ ਫਤਿਹ ਦਾ ਸੀਰ ਹੈ ਜੀ ਔਰ ਪਰਿਵਾਰ ਨਾਲ ਵੀ ਪੁਰਾਣੇ ਰਿਲੇਸ਼ਨ ਨੇ ਔਰ ਮਾਨਸਾ ਮੇਰੇ ਗੁਆਂਢ 'ਚ ਮੈਥੋਂ ਸਾਰੇ 20-50 ਗਾਇਤੇ ਰਹਿੰਦਾ ਹੈ ਬੰਦਾ ਹਾਂ ਔਰ ਮੈਂ 4 ਮਹੀਨੇ ਪਹਿਲਾਂ ਜਦੋਂ ਪਹਿਲਾ ਵਲੈਕਸ਼ਨ ਦੀ ਗੱਲ ਚੱਲੀ ਉਸ ਵੇਲੇ ਮੈਂ ਘਰੇ ਬੈਠ ਕੇ ਸਰਮੰਜਨਾ ਕਰ ਲਈ ਹੋਈ ਮੈਂ ਹਜੇ ਵੀ ਆਪਾਂ ਤਾਂ ਖੜੇ ਨਹੀਂ ਹੋਣਾ ਵੀ ਸਰਪੰਚ ਮੈਨੂੰ ਪਤਾ ਸੀ ਵੀ ਇਹ ਥੋੜੀ ਜਿਹੀ ਇਹਦੀ ਸਰਗਰਮੀ ਚਾਹਵਾਨ ਹੈ ਮੈਂ ਹਜੇ ਸ਼ਰਨੀ ਸ਼ਾਇਦ ਬਣਨ ਨੂੰ ਫਿਰਦਾ ਆਪਾਂ ਉਹਨੂੰ ਬਣਾ ਦਈਏ ਉਹਨੇ ਮੈਨੂੰ 4 ਮਹੀਨੇ ਪਹਿਲਾਂ ਕਹਿੰਦਾ ਸੀ ਬਿਲਕੁਲ ਮੈਨੂੰ ਇੱਕ ਪੈਸਾ ਤੇ ਰਾਜਨੀ ਜੇ ਪਿੰਡ ਵਾਲੇ ਸਹਿਮਤ ਹੋ ਜਾਣਗੇ ਆਪ ਮੇਰੇ ਮਨੂ ਤਾਂ ਇਹ ਬਣ ਜੇ ਮੈਨੂੰ ਕੋਈ ਦੇਖਦਾ ਨਹੀਂ ਮੈਂ ਪੂਰੇ ਨੇ ਕਿਹਾ ਹਾਂ ਜਿਹੜੀ ਗੱਲ ਇਹ ਅਸਲੀਅਤ ਗੱਲ ਹੈ ਪਰੰਤੂ ਉਹਨੇ ਹੁਣ ਜਦੋਂ ਆਪ ਦੀ ਚੋਣ ਵਿੱਚ ਬਿੱਡੀ ਨਾਲ ਤਾਂ ਆਪਣੇ ਵੀ ਮੈਂ ਭਈ ਬਣਨਾ ਚਾਹੁੰਨਾ ਜਾਂ ਹੋਰ ਹੈ ਕਿਉਂਕਿ ਉਹਦਾ ਉਹ ਪਹਿਲਾਂ ਪੰਚਾਇਤ ਦੇ ਵਿੱਚ ਨੰਬਰਦਾਰ ਰਿਹਾ ਜਾਂ ਜੀ ਪਿਛਲੀ ਪੰਚਾਇਤੀ ਪ੍ਰਣਾਲੀ ਦੇ ਵਿੱਚ ਹਿੱਸਾ ਵੜੀ ਉਹ ਲੈਂਦਾ ਮਤਲਬ ਸ਼ਾਸਕ ਤੌਰ ਤੇ ਆ ਮੰਨ ਲਈ ਆਪਾਂ ਚਲੋ ਉਸ ਵੇਲੇ ਕਰਕੇ ਉਹਦੇ 10 20 ਜਾਂ 30 ਵਿਰੋਧੀ ਵੀ ਹੋਣਗੇ ਕੁਦਰਤੀ ਗੱਲ ਆ ਜਿਹੜਾ ਬੰਦਾ ਇਸ ਲੈਣ ਚ ਪੈ ਗਿਆ ਉਹਦੇ ਵਿਰੋਧੀ ਵੀ ਆ ਜਾਂਦੇ ਰੌਲਾ ਸਿਰਫ ਇੰਨਾ ਹੀ ਸੀ ਜੇ ਉਹਨੇ ਸਰਪੰਚ ਬਣਨਾ ਸੀ ਆਪਾਂ ਉਹਨਾਂ ਨੂੰ ਚੁੱਪ ਕਰਾ ਲੈਂਦੇ ਪਰ ਉਹ ਮੁੰਡੇ ਨੇ ਇਹ ਰਾਹ ਨਹੀਂ ਫੜਿਆ ਅੱਛਾ ਜੀ ਵੀ ਪਿੰਡ ਇਹਦੇ ਵਿੱਚ ਪਿੰਡ ਦੀ ਵੀ ਇੱਜ਼ਤ ਸੀ ਕਿਉਂਕਿ ਅੱਜ ਮੈਂ ਤਾਂ ਇਹ ਸਮਝਦਾ ਇੱਥੇ ਇਲੈਕਸ਼ਨ ਹੋਣਾ ਕੱਟਕੜੇ ਪਿੰਡ ਦਾ ਜਲੂਸ ਨਿਕਲਦਾ ਜੇ ਤੁਸੀਂ ਸੱਚ ਗੱਲ ਪੁੱਛੋ ਇਹ ਤਾਂ ਅੱਗੇ ਜਾ ਕੇ ਹੁਣ ਉਹਨੇ ਕੀ ਕਰਤਾ ਵੀ ਉਹ ਘੱਟਕੁਟ ਕਰਦਾ ਐਵੇਂ ਵੀਡੀਓ ਦੇ ਵਿੱਚ ਕਿਉਂਕਿ ਕੁਦਰਤੀ ਗੱਲ ਐ ਪਿੰਡ 'ਚ 19 ਕਿ ਨਸ਼ੇ ਪੱਤੇ ਵਾਲਾ ਜਾਂ ਹੋਰ ਇਦਾਂ ਦੇ ਬੰਦੇ ਹੁੰਦੇ ਨੇ ਉਹਨਾਂ ਨੂੰ ਖੜ ਕੇ ਵੀਡੀਓ ਦੇ ਵਿੱਚ ਐਵੇਂ ਬੁਰਾ ਭਲਾ ਕਹਾਉਣਾ ਜਾਂ ਐਵੇਂ ਗਲਤ ਕਿਸਮ ਦੇ ਕਮੈਂਟ ਕਰਾਉਣੇ ਹੋਰ ਕਰਨ ਇਸ ਕਿਸਮ ਦੀ ਗੱਲ ਨੂੰ ਉਹਨੇ ਪਹਿਲ ਕਰਤੀ ਬਿਲਕੁਲ ਜੀ ਦੇ ਕਰਕੇ ਆਪਾਂ ਇਸ ਚੂਣ ਤੋਂ ਕਿਨਾਰਾ ਕਰਕੇ ਸਮਝਦੇ ਸੀ ਵੀ ਯਾਰ ਜਿਹਨੂੰ ਵੀ ਪਿੰਡ ਬਣਾ ਲੂ ਆਪਣਾ ਤਾਂ ਉਹੀ ਸਰਪੰਚ ਆਪਾਂ ਨੂੰ ਕੀ ਦਿੱਕਤ ਆ ਇਸ ਗੱਲ ਦੀ ਹੈਨਾ ਪਰ ਉਹਦੀ ਬੋਲਬਾਣੀ ਕਰਕੇ ਜਾਂ ਉਹਦੇ ਮਤਲਬ ਜੇ ਹੁਣ ਇੱਥੇ ਮੇਰੇ ਮੈਂ ਮੇਰੇ ਕੋਲੇ ਨੰਬਰਦਾਰ ਖੜਿਆ ਜਾਂ ਮੁੰਡਾ ਖੜਾ ਜੀ ਜੇ ਮੇਰੀ ਹਾਜ਼ਰੀ 'ਚ ਇਹ ਤੁਹਾਡੇ ਕੋਲੇ ਗਲਤ ਬਿਆਨੀ ਕਰਨਗੇ ਨਾ ਤਾਂ ਮੈਂ ਜ਼ਿੰਮੇਵਾਰ ਆ ਨਾ ਕਿ ਇਹ ਜ਼ਿੰਮੇਵਾਰ ਆ ਬਿਲਕੁਲ ਸਹੀ ਗੱਲ ਕਿਉਂਕਿ ਮੈਂ ਖੜਿਆ ਜਦੋਂ ਕੋਲੇ ਮੇਰੀ ਮਤਲਬ ਮੈਂ ਤੇ ਰੈਂਕ ਜੀ ਇਸ ਕਰਕੇ ਉਹਦੀ ਹਾਜ਼ਰੀ 'ਚ ਜੇ ਕੋਈ ਬੰਦਾ ਗਲਤ ਬੋਲਦਾ ਤਾਂ ਅਸੀਂ ਮੈਂ ਮੰਨਦਾ ਵੀ ਉਹ ਬੰਦਾ ਰਿਸਪੌਂਸਿਵ ਉਹ ਹਾਂਜੀ ਹਾਂਜੀ ਤੇ ਇਸ ਗੱਲ ਕਰਕੇ ਉਹਨੇ ਕੱਲ ਇੱਕ ਸਾਡੇ ਇੱਥੇ ਮੁੰਡਾ ਹੈ ਬੱਲਮ ਬੜਾ ਮਹਾਲਾ ਕਿ ਬਚਪਨ ਤੋਂ ਅਸੀਂ ਸਾਡੇ ਨਾਲ ਉਹ ਮੇਰਾ ਹਾਲ ਸ਼ਾਇਦ ਕੰਮ ਵੀ ਕਰਦਾ ਰਿਹਾ ਮੁੰਡਾ ਉਹ ਤੋਂ ਬੜਾ ਬੁਰਾ ਭਲਾ ਉਹਨੇ ਕਿਹਾ ਜਿਹਦਾ ਸਾਡੇ ਘਰ ਦੇ ਵਿੱਚ ਰੋਸ ਮਨਾਇਆ ਗਿਆ ਇਸ ਗੱਲ ਦਾ ਕੋਈ ਵੀਡੀਓ ਪਾਈ ਕੋਈ ਹਾਂ ਵੀਡੀਓ ਪਾ ਕੇ ਨਾ ਉੱਚਾ ਨੀਮਾ ਈਵਨ ਕਿ ਚਲੋ ਸਰਪੰਚ ਨੂੰ ਵੀ ਕਹਿ ਜਾਂਦਾ ਉਹ ਪਿੰਡ ਦਾ ਸਰਪੰਚ ਰਿਹਾ ਕੋਈ ਉੱਚੀ ਨੀਮੀ ਹੋ ਸਕਦਾ ਉਹਦੇ ਨਾਲ ਕੋਈ ਹੋਈ ਹੋਏ ਮੈਨੂੰ ਉਸ ਗੱਲ ਦੀ ਜਾਣਕਾਰੀ ਨਹੀਂ ਪਰ ਉਹਨੇ ਸਾਡੇ ਸਿੱਧੂ ਮੁੰਡੇ ਦਾ ਨਾਮ ਲੈ ਕੇ ਵੀ ਮਤਲਬ ਬੁਰਾ ਭਲਾ ਕਿਹਾ ਇਹੜਾ ਬੰਦਾ ਐਸਾ ਦੁਨੀਆ ਚ ਹੀ ਨਹੀਂ ਯਾਰ ਉਸ ਬੰਦੇ ਨੂੰ ਬੁਰਾਪਾਲਾ ਕਹਿਣਾ ਫਿਰ ਉਸ ਬੰਦੇ ਨੂੰ ਜਿਹੜਾ ਜ ਮਤਲਬ ਦੁਨੀਆ ਵਾਸਤੇ ਮੂਸੇ ਨੂੰ ਕੋਈ ਵਰਗਾ ਸਥਾਨ ਦਵਾ ਗਿਆ ਇਹ ਕਿੱਥੋਂ ਦੀ ਸਿਆਣਪ ਹੈ ਨਾ ਜਦੋਂ ਇਸ ਗਧੀਆਂ ਪਿਧੀਆਂ ਤੇ ਆ ਗਿਆ ਅਸੀਂ ਆਪਦੀ ਹੁਣ ਫਿਰ ਵੋਟਰ ਸੂਚੀ ਤੇ ਉਹ ਚੱਕ ਲਿਆ ਹੁਣ ਮੈਦਾਨ ਚ ਜਾ ਕੇ ਤੁਸੀਂ ਜਮਾਂ ਬਿਲਕੁਲ 100% ਇੱਕ ਕਰ ਵੀ ਨਹੀਂ ਛੱਡਦੇ ਜਿਹਦੇ ਨਾਂ ਜਾਈਏ ਕੋਈ ਆਖੇ ਲੱਗੇ ਨਾ ਲੱਗੇ ਫਿਰ ਉਸ ਤੋਂ ਬਾਅਦ ਆਪਾਂ ਦੇਖਾਂਗੇ ਪਿੰਡ ਵਾਲੇ ਕੀ ਫੈਸਲਾ ਲੈਂਦੇ ਉਹ ਤਾਂ ਲੱਗਦਾ ਨਹੀਂ ਹੈਗਾ ਵੀ ਕਿਵੇਂ ਬਾਈ ਦੀ ਆਪਾਂ ਗੱਲ ਕਰਦੇ ਆ ਸਿੱਧੂ ਦੀ ਪੂਰੀ ਦੁਨੀਆ ਇੰਨਾ ਪਿਆਰ ਕਰਦੀ ਹੈ ਹਨਾ ਨਾਮ ਪੱਗ ਨੂੰ ਬਿਲਬੋਰਡ ਤੇ ਲੈ ਗਿਆ ਪਰ ਕਿਦੋਂ ਆਪਾਂ ਆਹ ਦੇਖਦੇ ਆ ਵੀ ਫਿਰ ਉਹੀ ਗੱਲ ਆ ਗਈ ਕਿਵੇਂ ਉਹ ਤਾਂ ਜਿਉਂਦੇ ਜੀ ਚੱਲਦਾ ਸੀ ਮਾਹੌਲ ਹੈ ਜੀ ਵੀ ਉਹੀ ਆ ਪਿੰਡ ਚ ਤਾਂ ਥੋੜੇ ਬਾਹਰ ਚ ਇਹ ਕਿੰਨਾ ਮਰਜ਼ੀ ਪਿਆਰ ਕਰੀ ਜਾਂਣਾ ਪਿੰਡ ਦੇ ਵਿੱਚ ਤਾਂ ਫਿਰ ਲਾਕਡਾਊਨ ਵਿੱਚ ਉਹੀ ਆ ਗਈ ਹਾਂ ਅਸਲ ਵਿੱਚ ਪਿੰਡ ਜਿਵੇਂ ਸ਼ਰਾਰਤੀ ਕਿਸਮ ਦੇ ਥੋੜੇ ਬੰਦੇ ਹੁੰਦੇ ਨੇ ਜੀ ਉਹ ਉਹ ਮਤਲਬ ਜਿੱਥੇ ਜ਼ਿਆਦਾ ਭਲੇਮਾਨ ਸਲੋਕ ਰਹਿੰਦੇ ਨੇ ਉਹਨੂੰ ਸ਼ਰਾਰਤੀ ਉਹਨਾਂ ਨੂੰ ਮੂਹਰੇ ਲਾ ਲੈਂਦੇ ਨੇ ਕੁਦਰਤੀ ਗੱਲ ਹੈ ਇਹੀ ਹੈ ਸਾਡੇ ਪਿੰਡ ਦੀ ਆਪਦੇ ਘਰ ਚ ਰਹੇ ਕੇ ਜਾਂ ਮਤਲਬ ਸੀਮਤ ਤੋਰੇ ਫਿਰੇ ਤੱਕ ਸੀਮਤ ਨੇ ਉਹ ਜਿਹੜੇ ਸ਼ਰਾਰਤੀ ਉਹ ਚਾਰ ਮੂਰੇ ਲਾ ਲੈਂਦੇ ਬੰਦੇ ਨੂੰ ਬਸ ਉਹੀ ਉਸੇ ਦਾ ਨਤੀਜਾ ਇਹ ਅੱਜ ਭੁਗਤਦੇ ਆਂ ਅਸੀਂ ਅੱਛਾ ਕੋਈ ਸਰਬਸੰਮਤੀ ਵਾਲੀ ਤਾਂ ਇਹ ਕਿਵੇਂ ਗੱਲ ਚੱਲਦੀ ਸੀ ਕੋਈ ਚੱਲੀ ਸੀ ਗੱਲ ਕੋਈ ਵੀ ਸਰਬਸੰਮਤੀ ਨਾਲ ਆਪਕ ਨੂੰ ਬੁਲਾਉਂ 101% ਸਰਬਸੰਮਤੀ ਕਰਾ ਕੇ ਰਾਜੀ ਸੀ ਬੇਸ਼ੱਕ ਉਹ ਸਾਰਨਜੀਤ ਤੇ ਹੀ ਕਿਉਂ ਨਾ ਹੋ ਜਾਂਦੀ ਇੱਕ ਪਾਸੇ ਦਾ ਵੀ ਆਪਾਂ ਨੂੰ ਇਤਰਾਜ਼ ਨਹੀਂ ਇਸ ਗੱਲ ਤੇ ਸੀ ਕਿੰਨੇ ਕ ਕਰ ਇਤਰਾਜ਼ ਕਰਦੇ ਸੀ ਉਹਦਾ ਕੋਈ ਪੁਰਾਣਾ ਵਿਰੋਧ ਆ ਉਹ ਦੋ ਚਾਰ ਕਰਦੇ ਸੀ ਜੇ ਉਹ ਸਾਡੇ ਨਾਲ ਤਾਲਮੇਲ ਕਰਦਾ ਤਾਂ ਅਸੀਂ ਜਰੂਰ ਉਹਨਾਂ ਨੂੰ ਆਪਾਂ ਸ਼ਾਂਤ ਕਰ ਲੈਂਦੇ अच्छा पर उन्होंने नहीं किया तो फिर वो हुण कई और देख दे किमे खर वो तो हैगी है क्योंकि ਵੀ ਬਾਈ ਦੇ ਨਾਮ ਤੋਂ ਬਾਈ ਦੇ ਹੈਸ਼ਟੈਗ ਲਾ ਲਓ ਜਾਂ ਟੈਗ ਲਾ ਲਓ ਬਾਈ ਦੇ ਲਾਉਣ ਦੇ ਨਹੀਂ ਵੀ ਸਿੱਧੂ ਮੂਸੇ ਦਾ ਫਲਾਣਾ ਫਲਾਣਾ ਹੁਣ ਕਿਵੇਂ ਕਈ ਵੀਡੀਓ ਨੇ ਉਹਦੇ ਵਿੱਚ ਕੁਝ ਲੋਕ ਨੇ ਥੋੜੇ ਪਿੰਡ ਦੇ ਗਿਣਮੇ ਚੁਣਮੇ ਆਪਾਂ ਕਹਿਦੀ ਅਗਲਾ ਕਹਿੰਦਾ ਕੰਮ ਨਹੀਂ ਕਰੇ ਬਲਗੌਰ ਸਿੰਘ ਹੋਰਾਂ ਨੇ ਕਿ ਸੱਚੀ ਉਹ ਕੰਮ ਨਹੀਂ ਕਰੇ ਜਾਂ ਕਰੇ ਨੇ ਜੇ ਕਰੇ ਨੇ ਕੀ ਕੀ ਕੰਮ ਕਰ ਰਹੇ ਥੋੜਾ ਜਿਹਾ ਦੱਸੋ ਕੰਮਾਂ ਦੀ ਗੱਲ ਇਹ ਹੈ ਵੀ ਜਿਹਦੇ ਤਾਂ ਹੁਣ ਐਨਕੀ ਦੂਜੀ ਲੱਗੀ ਹੈ ਜਾਂ ਜਿਹਨੇ ਮਤਲਬ ਬੋਲਣਾ ਹੀ ਖਿਲਾਫ ਹੈ ਉਹ ਤਾਂ ਜੋ ਮਰਜ਼ੀ ਕਹੀ ਜਾਵੇ ਸਾਡੇ ਪਿਛਲੇ 50 ਸਾਲਾਂ 'ਚ ਕੰਮ ਨਹੀਂ ਹੋਇਆ ਜੀ ਸਾਡੇ ਪਿੰਡ ਪੈ ਜਿੰਨੇ ਪੈਸੇ ਲੱਗੇ ਪਿਛਲੇ ਸਾਰੇ ਬਲਾਨਾਂ ਦੇ ਜੋੜ ਲੈਣਾ ਇਸ ਬਲਾਨ 'ਚ ਕੱਲੇ ਪੈਸੇ ਲੱਗੇ ਉਹਨੇ ਤੇ ਕੰਮ ਦੇ ਕੀ 21 ਗਲੀਆਂ ਬਣੀਆਂ ਖੇਡ ਸਟੇਡੀਅਮ ਬਣਿਆ ਲਾਇਬ੍ਰੇਰੀ ਬਣੀਆ ਉਹ ਕਹਿੰਦੇ ਕੋਈ ਬਣਿਆ ਨਹੀਂ ਖੇਡਣ ਵਾਲਾ ਵਾਲੀਬਾਲ ਦਾ ਥੋੜੀ ਇੱਥੇ ਦੋ ਕਰਮਾਂ ਤੇ ਸ਼ਾਟ ਮਾਰ ਕੇ ਲੈ ਜੀ ਹਾਂ ਉਹ ਬਣਿਆ ਹੈ ਕਿ ਕਿਹੜੀ ਚੀਜ਼ ਹੈ ਜਿਹੜੀ ਪਿੰਡ 'ਚ ਬਣੀ ਨਹੀਂ ਜੀ ਇਹ ਜਿਹੜਾ ਗਰਾਊਂਡ ਆ ਤਾਂ ਇਹ ਵੀ ਹੁਣੀ ਬਣਿਆ ਇਹ ਹਾਂ ਉਹਦੇ ਸਿੱਧੂ ਦੇ ਹੁੰਦੇ ਹੀ ਬਣਿਆ ਜੀ ਇਹ ਪਹਿਲਾਂ ਤਾਂ ਇਹ ਖਾਲੀ ਸੀ ਕੋਈ ਪਹਿਲਾਂ ਖਾਲੀ ਸੀਗਾ ਇਹ ਉਹ ਕਹਣ ਨੂੰ ਤਾਂ ਜੋ ਮਰਜੀ ਕੋਈ ਆਪਾਂ ਨੂੰ ਕਿਸੇ ਆਪਾਂ ਕਿਸੇ ਇੱਕ ਧਿਰ ਦੇ ਹਾਂ ਹੀ ਨਹੀਂ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਤੁਸੀਂ ਸਰਬਸੰਮਤੀ ਕਰੋ ਔਰ ਵਿਰੋਧੀ ਧਿਰ ਦੇ ਐਮਪੀ ਦਾ ਨਾਮ ਲਓ ਉਹ ਆਪ ਪਾਰਟੀ ਦਾ ਚਾਹੇ ਕਿਸੇ ਹੋਰ ਪਾਰਟੀ ਦਾ ਵੀ ਉਹ ਤਾਂ ਫੰਡ ਲੈਉਣੇ ਆ ਨਾ ਇੱਕ ਹਫਤੇ ਚ ਫੰਡ ਆਏ ਤੁਹਾਡੇ ਲੱਥ-ਥਲੇ ਦੀ ਲੰਘ ਜੂ ਇੱਥੇ ਯਾਰ ਕੋਈ ਪਾਰਟੀ ਦਾ ਸਵਾਲ ਹੀ ਨਹੀਂ ਜਿੱਥੇ ਸਿੱਧੂ ਦਾ ਨਾਮ ਆ ਗਿਆ ਉੱਥੇ ਨਾ ਕੋਈ ਪਾਰਟੀ ਹੈ ਨਾ ਕੋਈ ਹੋਰ ਹੈ ਨਾ ਕੋਈ ਗੱਲਾ ਨਾ ਕੋਈ ਬਾਤ ਹੈ ਉਸ ਬੱਚੇ ਦੇ ਨਾਮ ਨੂੰ ਕੋਈ ਵੀ ਬੰਦਾ ਆਪਾਂ ਨੂੰ ਕਿਸੇ ਕੰਮ ਨੂੰ ਜਵਾਬ ਨਹੀਂ ਦਿੰਦਾ ਤੇ ਇਹ ਜਿਹੜਾ ਐਡਾ ਵੱਡਾ ਪਿੰਡ ਦਾ ਯਾਰ ਸਥਾਨ ਹੈ ਉਸ ਪਿੰਡ ਦੇ ਲੀਕ ਇਸ ਸ਼ਰਨਜੀਤ ਨੇ ਲਾਤੀ ਹੂੰ ਬਸ ਇਹਦੀ ਗੱਲ ਹੈ ਤੇ ਤਾਂ ਕਿਵੇਂ ਆਪਾਂ ਗੱਲ ਕਰਦੇ ਆਂ ਵੀ ਉਹੀ ਆਪਾਂ ਤਾਂ ਜੇ ਬਾਪੂ ਬਲਕੌਰ ਸਿੰਘ ਹੋਰਾਂ ਦੀ ਗੱਲ ਕਰੀਏ ਜਾਂ ਛੋਡੇ ਪਰਿਵਾਰ ਦੀ ਗੱਲ ਕਰੀਏ ਇੱਕ ਐਮਐਲਏ ਇੱਕ ਪਾਸੇ ਖੜਾ ਹੋਵੇ ਛੋਡਾ ਪਰਿਵਾਰ ਇੱਕ ਪਾਸੇ ਖੜਾ ਹੋਵੇ ਛੋੜੀ ਤਾਂ ਉਹਨਾਂ ਵੈਸੇ ਹੀ ਚੜਾਈਆ ਸਰਪੰਚ ਜਿਹੜੇ ਗੱਲਾਂ ਤਾਂ ਵੈਸੇ ਹੀ ਆਪਾਂ ਅਗਰ ਦੇਖੀਏ ਤਾਂ ਕੋਈ ਇਹ ਮਾਇਨੇ ਨਹੀਂ ਰੱਖਦੀ ਇਹ ਤਾਂ ਨਾ ਫਿਰ ਜਿਹੜੇ ਸ਼ਰਾਰਤੀਆਂ ਅੰਸਰਾਂ ਨੇ ਚਾ ਕੇ ਖੱਪ ਪਵਾਤਾ ਜੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਸਾਰੇ ਅਸੀਂ ਕਰ ਕਰ ਜਾਂਦੇ ਆਂ ਹਰ ਬੰਦਾ ਇਸ ਗੱਲ ਨੂੰ ਬੁਰਾ ਕਹਿੰਦੇ ਹੂੰ ਠੀਕ ਹੈ ਵੀ ਅੱਗੇ ਨਹੀਂ ਕੋਈ ਲੱਗਦਾ ਹੁੰਦਾ ਕਈ ਵਾਰੀ ਪਿੰਡਾਂ ਜਿਹਦਾ ਅੱਗੇ ਤਾਂ ਦੇਖੋ ਸਾਵੇਂ ਬੰਦੇ ਹੀ ਲੱਗਦੇ ਆ ਜਦਾਂ ਅਸੀਂ ਵੀ ਉਹਦੇ ਵਿੱਚ ਸ਼ਰਾਰਤੀ ਬੰਦਿਆਂ ਨੇ ਚੱਕ ਕੇ ਰੌਲਾ ਪਵਾਤਾ ਹੁਣ ਇਹ ਤਾਂ ਕਹਿੰਦੇ ਅਸੀਂ ਤਾਂ ਭਰਾਂਗੇ ਕੋਈ ਅਸੀਂ ਤਾਂ ਕੋਈ ਕਰਨੀ ਨਹੀਂ ਅਸੀਂ ਤਾਂ ਖੜੇ ਆ ਸਰਪੰਚ ਵੀ ਖੜੇ ਆ ਤਾਂ ਫਿਰ ਕੋਈ ਖੜੂਗਾ ਵੀ ਕੁਦਰਤੀ ਗੱਲ ਹੈ ਚਲੋ ਪਿੰਡ ਵਾਲਿਆਂ ਨੇ ਬਲਜੀਤ ਨੂੰ ਖੜਾ ਲਿਆ ਆਪਾਂ ਫਿਰ ਵੀ ਚਾਹੁੰਦੇ ਸੀ ਵੀ ਆਪਾਂ ਧਰ ਨਹੀਂ ਮੰਨਣਾ ਮੈਂ ਐਂਡ ਤੱਕ ਕਹਿੰਦਾ ਰਿਹਾ ਐ ਇਹ ਗੱਲ ਵੀ ਚਲੋ ਯਾਰ ਪਿੰਡ ਦਾ ਫਾਸਲਾ ਵੀ ਯਾਰ ਕੋਈ ਗੱਲ ਨਹੀਂ ਜਿਹਨੂੰ ਮਰਜ਼ੀ ਬਣਾ ਲੈਣ ਪਰ ਜੇ ਹੁਣ ਯਾਰ ਬੰਦਾ ਕੋਈ ਤੁਹਾਨੂੰ ਅਵਤਵਾ ਜਾ ਐਵੇਂ ਮਤਲਬ ਇੱਥੇ ਕੁਝ ਹੋਇਆ ਹੀ ਨਹੀਂ ਫਲਾਣਾ ਨੀ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਪਾਊਗਾ ਫਿਰ ਤਾਂ ਤਕਲੀਫ ਤਾਂ ਹੁੰਦੀ ਹੈ ਨਾ ਮਨ ਨੂੰ ਉਹ ਤਕਲੀਫ ਨੂੰ ਫਿਰ ਅਸੀਂ ਆਵਾਂ ਦਾ ਕਦੋਂ ਤੁਸੀਂ ਕਦੋਂ ਕ ਲੱਗਿਓ ਪ੍ਰਚਾਰ ਕਰਨ ਦਾ ਮੈਂ ਤਾਂ ਕੱਲ ਹੀ ਚੱਕਿਆ ਹੈ ਕਾਪੀ ਇਹਦਾ ਰਿਜ਼ਲਟ ਕੱਢ ਕੇ ਦਿਖਾਵਾਂਗੇ ਹਾਂ ਹੁਣ ਮੈਂ ਵੀ ਹੁਣ ਤਾਂ ਇੱਕ ਜिद ਹੋ ਗਈ ਬਸ ਚਲੋ ਜिद ਕਰੋ ਜਾਂ ਹੋਰ ਕਹਿ ਲਓ ਅਸੀਂ ਆਪਦੀ ਗੱਲ ਤਾਂ ਬੰਦੇ ਕੋਲੇ ਰੱਖ ਹੀ ਸਕਦੇ ਨਾ ਮੇਰੇ ਪਿੰਡ ਦੇ ਲੋਕ ਨੇ ਜਾਰੇ ਕਿਹੜਾ ਬਾਹਰ ਲੈਣੇ ਕੋਈ ਆਪਣੇ ਪਿੰਡ ਚ ਵੋਟ ਕੰਨੀਆਂ ਵੋਟ ਲਗਭਗ ਮੇਰਾ ਹਰ 27 1200 ਵੋਟ ਹੋਊ ਪਿਛਲੀ ਵਾਰ ਕੈਨੀਆ ਕੈਨੀਕ ਬੋਰਡ ਦੇ ਜਿੱਤੇ ਸੀ ਆਪਾਂ 600 ਦੇ ਲਗਭਗ 600 ਦੇ ਲਗਭਗ ਉਮੀਦ ਹੈਗੀ ਪੱਕਾ ਵੀ ਇਸ ਵਾਰ ਪਹਿਲਾਣਾ ਰਿਪੀਟ ਹੋਊਗਾ ਕੰਮ 100% ਹੈ ਜੀ ਕੋਈ ਗੱਲ ਹੀ ਨਹੀਂ ਕਿਉਂ ਕਹਾਲੇ ਤੁਸੀਂ ਪੰਚਾਇਤ ਮੈਂਬਰ ਰਹੇ ਹੋ ਬਾਈ ਹੈਗੀ ਹੈ ਉਮੀਦ ਆ ਹੈਗੀ ਆ ਬਾਈ ਉਮੀਦ ਅੱਛਾ ਹਾਂ ਐ ਤੇ ਆਇਆ ਕਿ ਤੁਸੀਂ ਖੜੇ ਹੋ ਨਹੀਂ ਆਏਗੇ ਆਪਾਂ ਨਹੀਂ ਖੜੇ ਆਗੇ ਅੱਛਾ ਹਾਂ ਠੀਕ ਆ ਬਾਈ ਤਾਂ ਮੈਂ ਮਿੱਤਰੋ ਗੱਲ ਇਹ ਆ ਕਿ ਤਾਇ ਜੀ ਸੀ ਚਮਕੌਰ ਸਿੰਘ ਹੋਰੀ ਕਾਲਾ ਦੀ ਨੰਬਰਦਾਰ ਆ ਤੇ ਇਹਨਾਂ ਨੇ ਦੱਸਿਆ ਵੀ ਮਾਹੌਲ ਕੀ ਆ ਕਿਉਂ ਮੈਦਾਨ ਚ ਆਉਣਾ ਪੈ ਗਿਆ ਨਹੀਂ ਤਾਂ ਇਹ ਕਿਵੇਂ ਕਿਹਾ ਵੀ ਇਹ ਚੀਜ਼ਾਂ ਛੋਟੀਆਂ ਨੇ ਮਾਇਨੇ ਨਹੀਂ ਰੱਖਦੀਆਂ ਯਾਰ ਇੱਕ ਐਮਐਲਏ ਇੱਕ ਪਾਸੇ ਖੜਿਆ ਹੋਵੇ ਬਲਕੌਰ ਸਿੰਘ ਇੱਕ ਪਾਸੇ ਖੜਿਆ ਹੋਵੇ ਨਾ ਪਰ ਗੱਲ ਫੇਰ ਆ ਜਾਂਦੇ ਕਈ ਵਾਰੀ ਮੁੱਛ ਦਾ ਸਵਾਲ ਮੱਲੋ-ਮੱਲੀ ਬਣ ਜਾਂਦਾ ਜਾਂ ਲੋਕ ਮੱਲੋ-ਮੱਲੀ ਬਣਾ ਦਿੰਦੇ ਹਨ ਹੈਨਾ ਤਾਂ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ